ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰ ਸੱਜ ਚੁੱਕੇ ਹਨ ਅਤੇ ਮਿੱਟੀ ਅਤੇ ਟੈਰਾਕੋਟਾ ਦੇ ਦੀਵੇ ਦੀਵਾਲੀਆਂ ਮਹਾਂਲਕਸ਼ਮੀ ਸ਼੍ਰੀ ਗਣੇਸ਼ ਦੀਆਂ ਮੂਰਤੀਆਂ ਹਾਥੀ ਘੋੜੇ ਪਾਲਕੀ ਅਤੇ ਪੂਜਾ ਦੀ ਸਮੱਗਰੀ ਦੀ ਵਿਕਰੀ ਕੀਤੀ ਜਾ ਰਹੀ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਕੋਲਕਾਤਾ ਦੇ ਟੈਰੋਕਟਾ ਨਾਲ ਬਣੀਆਂ ਚੀਜ਼ਾਂ ਅੰਮ੍ਰਿਤਸਰੀਆਂ ਲਈ ਆਕਰਸ਼ਣ ਦਾ ਕੇਂਦਰ ਬਣ ਰਹੀਆਂ ਹਨ, ਪਰ ਇਸ ਵਾਰ ਗ੍ਰਾਹਕਾਂ ਦੀ ਆਮਦ ਘੱਟ ਹੈ ਕਿਉਂਕਿ ਸਾਲ ਦਰ ਸਾਲ ਅਸਮਾਨ ਛੂੰਦੀ ਮਹਿੰਗਾਈ ਨੇ ਲੋਕਾਂ ਦੀ ਪਰਚੇਜ਼ਿੰਗ ਕਪੈਸਿਟੀ ਤੇ ਪੁੱਠਾ ਅਸਰ ਪਾਇਆ। ਲੋਕ ਕਹਿਣ ਮੌਕੇ ਹੀ ਤੇ ਹੀ ਖਰੀਦਦਾਰੀ ਕਰ ਰਹੇ ਹਨ, ਜਿਸ ਕਾਰਨ ਬਾਜ਼ਾਰਾਂ ਵਿੱਚ ਰੌਣਕ ਗਾਇਬ ਹੈ। ਦੀਵਾਲੀ ਲਈ ਸਮਾਨ ਖਰੀਦ ਰਹੇ ਲੋਕਾਂ ਨੇ ਕਿਹਾ ਹੈ ਕਿ ਦੀਵਾਲੀਆ ਤਿਉਹਾਰ ਦੇਸ਼ ਦਾ ਪਰੰਪਰਾਗਤ ਤਿਉਹਾਰ ਹੈ ਅਤੇ ਹਰ ਕੋਈ ਦੀਵਾਲੀ ਦਾ ਤਿਉਹਾਰ ਖੁਸ਼ੀਆਂ ਖੇੜਿਆਂ ਦੇ ਨਾਲ ਮਨਾਉਂਦਾ ਹੈ। ਜਿੱਥੋਂ ਤੱਕ ਮਹਿੰਗਾਈ ਦੀ ਗੱਲ ਹੈ, ਤਿਉਹਾਰ ਮਨਾਉਣ ਲਈ ਤਾਂ ਮਹਿੰਗਾਈ ਨੂੰ ਦਰਕਿਨਾਰ ਕਰਨਾ ਹੀ ਪੈਂਦਾ ਹੈ। ਇਸ ਸਾਲ ਘੱਟ ਰੌਣਕਾਂ ਨਜ਼ਰ ਆ ਰਹੀਆਂ ਵੀ ਲੋਕਾਂ ਕੋਲ ਪੈਸੇ ਦੀ ਬਹੁਤ ਕਮੀ ਹੈ, ਇੱਕ ਤਾਂ ਨੋਟਬੰਦੀ ਕਰਕੇ ਪੈਸੇ ਦੀ ਬਹੁਤ ਕਮੀ ਆਈ ਹੈ, ਇੱਕ ਹੈ ਰੇਲ ਹਾਦਸਾ ਜਿਹੜਾ ਹੋ ਗਿਆ ਇਹਦੇ ਕਰਕੇ ਵੀ ਬੜੀ ਕਮੀ ਆ ਰਹੀ ਹੈ, ਇਸ ਕਰਕੇ ਦੀਵਾਲੀ ਤਿਉਹਾਰ ਥੋੜ੍ਹਾ ਜਿਹਾ ਘੱਟ ਲੱਗ ਰਿਹਾ। ਮਾਰਕੀਟ ਦੀ ਵਰਾਇਟੀ ਇਸ ਟਾਈਮ ਟੈਰਾਕੋਟਾ ਕਲਕੱਤੇ ਦੀ ਆਈਟਮ ਬਹੁਤ ਆਈ ਹੋਈ ਹੈ, ਦੀਵੇ ਹੈ, ਲਕਸ਼ਮੀ ਦਿਨੇਸ਼ ਹੈ, ਲਕਸ਼ਮੀ ਚਰਨ ਹੈ, ਇਹ ਆਈਟਮਾਂ ਸਭ ਕਲਕੱਤੇ ਦੀਆਂ ਟੈਰਾਕੋਟਾ ਆ ਰਹੀਆਂ, ਪਰ ਇਹਦਾ ਕਰੇਜ਼ ਬਹੁਤ ਵੱਧਦਾ ਜਾ ਰਿਹਾ। ਇਸ ਟਾਈਮ ਸਭ ਟੈਰਾਕੋਟਾ ਹੀ ਲੈ ਰਹੇ ਆ ਇਸ ਟਾਈਮ ਮਾਰਕੀਟ ਦੇ ਵਿੱਚ। ਗ੍ਰਾਹਕੀ ਘੱਟ ਹੈਗੀ ਹੈ, ਪਰ ਫਿਰ ਜੋ ਸ਼ੌਂਕ ਹੈ ਜਿਹਨਾਂ ਨੂੰ ਹਰ ਸਾਲ ਜਿਹਨੇ ਪੈਸੇ ਲਗਾਉਣੇ, ਲਕਸ਼ਮੀ ਅਸੀਂ ਪੂਜਾ ਕਰਨੀ ਹੈ, ਬੈਸ਼ ਘਰ ਸਾਲ ਸਾਲ ਰੱਖਣੀ, ਉਹ ਤਾਂ ਵਧੀਆ ਲੈ ਕੇ ਜਾ ਰਹੇ ਸਰ। ਗਾਹਕ ਨਿਕਲੇਗਾ, ਸੋ ਫਰੰਟ ਗਾਹਕ ਨਿਕਲੇਗਾ ਦੀਵਾਲੀ ਦਾ, ਦੀਵਾਲੀ ਬੈਸਟ ਜਾਏਗੀ। ਟੈਰਾਕੋਟਾ ਮਿੱਟੀ ਹੈ, ਬਹੁਤ ਹਾਰਡ ਮਿੱਟੀ ਹੁੰਦੀ ਹੈ, ਇਹਦਾ ਪੀਸ ਜਿੰਨੀ ਟੱਚਿੰਗ ਨਹੀਂ ਹੁੰਦੀ, ਖਰਾਬ ਨਹੀਂ ਹੁੰਦਾ, ਖੰਡਿਤ ਪੀਸ ਨਹੀਂ ਹੁੰਦੇ ਇਹਦੇ ਵਿੱਚ, ਇਹ ਮਿੱਟੀ ਹੁੰਦੀ ਹੈ ਇੱਥੋਂ ਦੀ ਬਣੀ। ਇਹਦੇ ਹਾਥੀ ਘੋੜਾ ਹੈ, ਇਹਦੇ ਪੂਜਾ ਕਰਦੇ ਪੰਜ ਤਰ੍ਹਾਂ ਦੇ, ਇੱਕ ਲਕਸ਼ਮੀ ਗਣੇਸ਼, ਹਾਥੀ ਘੋੜਾ, ਪਰੀ, ਇਹ ਪੰਜ ਚੀਜ਼ਾਂ ਦੀ ਪੂਜਾ ਹੁੰਦੀ ਹੈ। ਇੱਕ ਮੇਨ ਦੀਵਾਲੀ, ਇੱਕ ਦੀਵਾਲੀ, ਅਲਮਾਰੀ 'ਚ ਰੱਖਣ ਵਾਸਤੇ ਤਈ ਵਾਰੀ ਲਕਸ਼ਮੀ ਚਰਨ ਆਉਂਦੇ ਅੱਜ ਕੱਲ੍ਹ, ਉਹ ਲੈ ਕੇ ਜਾ ਰਹੇ ਬਹੁਤ। ਦੇਖੋ ਤਿਉਹਾਰਾਂ ਦੀ ਜਿਹੜੀ ਆਪਾਂ ਗੱਲ ਕਰੀਏ ਤਾਂ ਤਿਉਹਾਰ ਆਪਣੀ ਜਗ੍ਹਾ, ਮਹਿੰਗਾਈ ਆਪਣੀ ਜਗ੍ਹਾ, ਮਹਿੰਗਾਈ ਚਾਹੇ ਜ਼ਿਆਦਾ ਹੋ ਜਾਵੇ ਜਾਂ ਘੱਟ ਹੋ ਜਾਵੇ, ਪਰ ਬੱਚਿਆਂ ਦੇ ਸ਼ੌਂਕ ਨੂੰ ਤਾਂ ਅਸੀਂ ਰੋਕ ਨਹੀਂ ਸਕਦੇ ਨਾ, ਤੋ ਮਹਿੰਗਾਈ ਵੱਧਦੀ ਹੈ ਜਾਂ ਘੱਟਦੀ ਹੈ ਪਰ ਬੱਚਿਆਂ ਦੇ ਸ਼ੌਂਕ ਦੇ ਅਨੁਸਾਰ ਸਾਨੂੰ ਚੱਲਣਾ ਪੈਂਦਾ। ਜੇ ਤਾਂ ਅਸੀਂ ਆਪਣੀ ਪਾਕਟ ਦੇ ਅਕੋਰਡਿੰਗ ਦੇਖੀਏ ਫਿਰ ਤਾਂ ਹਰ ਬੰਦਾ ਸੋਚਦਾ ਯਾਰ ਆਹ ਚੀਜ਼ ਆਪਾਂ ਲਈਏ ਜਾਂ ਨਾ ਲਈਏ, ਠੀਕ ਹੈ, ਬਟ ਜੇ ਆਪਾਂ ਬੱਚਿਆਂ ਦੇ ਸ਼ੌਂਕ ਨੂੰ ਦੇਖੀਏ ਨਾਲ ਤਾਂ ਤਿਉਹਾਰ ਤਾਂ ਬੱਚਿਆਂ ਦੀ ਰੌਣਕ ਦੇ ਨਾਲ ਹੀ ਹੁੰਦਾ ਆ। ਸੋ ਇਸ ਕਰਕੇ ਆਪਾਂ ਨੂੰ ਮਹਿੰਗਾਈ ਦੇ ਨਾਲ ਨਾਲ ਜਿਹੜਾ ਬੱਚਿਆਂ ਦੇ ਸ਼ੌਂਕ ਜ਼ਰੂਰ ਦੇਖਣੇ ਪੈਂਦੇ ਆ ਅਤੇ ਉਹਦੇ ਕਰਕੇ ਸਾਨੂੰ ਸਭ ਕੁਝ ਜਿਹੜਾ ਖਰੀਦਣਾ ਪੈਂਦਾ ਕਰਨਾ ਪੈਂਦਾ। ਅਸੀਂ ਤਾਂ ਜੋ ਨੋਰਮਲ ਖਰੀਦਦਾਰੀ ਦੀਵਾ ਹੋ ਗਿਆ ਜਾਂ ਲਕਸ਼ਮੀ ਗਣੇਸ਼ ਪੂਜਾ ਵਗੈਰਾ ਲਈ ਲਿਆ ਜਾਂਦਾ ਸਭ ਕੁਝ, ਇਹ ਸਭ ਚੀਜ਼ਾਂ ਲੈ ਰਹੇ ਹਾਂ, ਬਾਕੀ ਮੇਰੀ ਗੁੜੀਆ ਆਈ ਆ ਉਹਨੂੰ ਇਹ ਚੀਜ਼ਾਂ ਦਾ ਬਹੁਤ ਜ਼ਿਆਦਾ ਸ਼ੌਂਕ ਆ। ਮਹਿੰਗਾਈ ਦੀ ਤਾਂ ਦਿੱਕਤ ਆ ਹੀ ਰਹੀ ਹੈ ਕਿਉਂਕਿ ਜਦੋਂ ਸ਼ੋਪਿੰਗ ਕਰਨੀ ਚਾਹੀਦੀ ਪਹਿਲੇ ਆਪਣੇ ਪੋਕਿਟ ਦੇਖਣੇ ਪੈਂਦੀ ਹੈ ਕਿ ਆਪਣਾ ਬਜਟ ਕੀ ਹੈਗਾ ਕੀ ਨਹੀਂ ਹੈਗਾ, ਉਹਦੇ ਅਕੋਰਡਿੰਗ ਮਹਿੰਗਾਈ ਦਾ ਤਾਂ ਅਸਰ ਹੈਗਾ ਹੀ ਹੈ। ਬਾਕੀ ਇਹ ਕਿ ਦੀਵਾਲੀ ਦਾ ਤਿਉਹਾਰ ਬਹੁਤ ਵਧੀਆ, ਸਾਰਿਆਂ ਨੂੰ ਮਨਾਉਣਾ ਬਹੁਤ ਚੰਗਾ ਲੱਗਦਾ ਹੈਗਾ, ਸਾਨੂੰ ਵੀ ਬਹੁਤ ਵਧੀਆ ਲੱਗਦਾ। ਅਸੀਂ ਇੱਥੋਂ ਦੀਵੇ ਖਰੀਦੇ, ਮੋਮਬੱਤੀਆਂ ਖਰੀਦੇ, ਮੂਰਤੀਆਂ ਖਰੀਦੀਆਂ, ਹੋਰ ਵੀ ਬਹੁਤ ਸਾਰਾ ਛੋਟਾ ਛੋਟਾ ਸਮਾਨ ਖਰੀਦਿਆ ਹੈਗਾ। ਦੀਵਾਲੀ ਤਾਂ ਹੈਗਾ ਜੀ, ਬਹੁਤ ਹੀ ਟੈਰਾਕੋਟਾ ਆਈਟਮ ਆ ਗਈ ਹੈ, ਲੋਕਲ ਆਈਟਮ ਜਿਹੜੀ ਉਹਨੂੰ ਗਾਹਕ ਪਸੰਦ ਨਹੀਂ ਕਰਦਾ, ਸਾਰੀ ਕਲਕੱਤੇ ਦੀ ਵਰਾਇਟੀ ਆ, ਦੀਵਾ ਦੀਵਾਲੀ ਜੋ ਵੀ ਮੋਮਬੱਤੀ ਵਾਲੀ ਦੀਵਾਲੀ ਸਭ ਜਿਹੜੀ ਟੈਰਾਕੋਟਾ ਆਈਟਮ ਆ। ਟੈਰਾਕੋਟਾ ਜਿਹੜਾ ਉਹ ਮਿੱਟੀ ਦੀ ਚੀਜ਼ ਹੈ, ਜਿਹੜੀ ਪੀ ਓ ਪੀ ਹੈ ਉਹ ਸਾਰਾ ਭੁਰ ਜਾਂਦਾ, ਅੰਗ ਪੈਰ ਸਾਰੇ ਉਹਦੇ ਭੁਰ ਜਾਂਦੇ ਆ, ਇਹ ਜਿਹੜੀ ਇਹ ਭੁਰਦੀ ਨਹੀਂ ਉਸੇ ਤਰ੍ਹਾਂ ਹੀ, ਰੰਗੀਨ ਵੀ ਉਸੇ ਤਰ੍ਹਾਂ ਰਹਿੰਦੀ ਹੈ, ਜਿਹੜੀ ਸਾਦੀ ਵੀ ਉਹੀ ਉਸੇ ਤਰ੍ਹਾਂ ਰਹਿੰਦੀ। ਗਾਹਕ ਦਾ ਰੁਝਾਨ ਥੋੜ੍ਹਾ ਘੱਟ ਆ, ਇੱਕ ਦਿਨ ਦੀ ਦੀਵਾਲੀ, ਅੱਜ ਕੱਲ੍ਹ ਤਿਉਹਾਰ ਇੱਕ ਦਿਨ ਦਾ ਰਹਿ ਗਿਆ, ਅੱਗੇ ਹੁੰਦਾ ਸੀ ਵੀ 8 ਦਿਨ ਪਹਿਲਾਂ ਆ ਜਾਂਦੇ ਲੋਕ, ਭੀੜ ਭੜੱਕਾ ਨਹੀਂ ਪੈਂਦਾ, ਹੁਣ ਲੋਕ ਕਹਿੰਦੇ ਵੀ ਪਤਾ ਨਹੀਂ ਦੀਵਾਲੀ ਚੱਗਣੀ ਹੈ ਕਿ ਨਹੀਂ ਚੱਗਣੀ, ਕੀ ਹਾਲਾਤ ਹੋਣੇ, ਇੱਕੋ ਦਿਨ 'ਚ ਬਸ ਆਉਂਦੇ ਨੇ ਗਾ। ਵਜ੍ਹਾ ਇੱਕ ਮਹਿੰਗਾਈ ਬਹੁਤ ਹੈ, ਲੋਕਾਂ ਕੋਲ ਪੈਸੇ ਨਹੀਂ ਹੈਗੇ, ਕਾਰੋਬਾਰ ਬਹੁਤ ਘੱਟ ਗਿਆ, ਜਿਨ੍ਹਾਂ ਦੀ ਤਨਖਾਹਾਂ ਉਹਨਾਂ ਕੋਲ ਪੈਸੇ ਹੈਗੇ ਆ, ਜਿਹੜੇ ਇੱਕ ਦੁਕਾਨਦਾਰ ਆ ਉਹਨਾਂ ਕੋਲ ਪੈਸਾ ਕੁਝ ਨਹੀਂ ਹੈਗਾ। ਤਿਉਹਾਰਾਂ ਦੇ ਦਿਨਾਂ ਵਿੱਚ ਅਕਸਰ ਲੋਕਾਂ ਦੀ ਰੌਣਕ ਨਾਲ ਗੁਲਜ਼ਾਰ ਬਾਜ਼ਾਰਾਂ ਵਿੱਚ ਬੇਰੌਣਕੀ ਛਾਈ ਹੋਈ ਹੈ ਕਿਉਂਕਿ ਮਹਿੰਗਾਈ ਸਭ ਤੋਂ ਵੱਡਾ ਕਾਰਨ ਹੈ। ਲੋਕਾਂ ਨੂੰ ਲਗਾਤਾਰ ਦਿੱਕਤ ਹੋ ਰਹੀ ਹੈ ਸਮਾਨ ਖਰੀਦਣ ਵਿੱਚ, ਪਰ ਜਦੋਂ ਤਿਉਹਾਰ ਮਨਾਉਣੇ ਹੋਣ ਤਾਂ ਮਹਿੰਗਾਈ ਨੂੰ ਦਰਕਿਨਾਰ ਕਰਨਾ ਹੀ ਪੈਂਦਾ ਹੈ। ਕੈਮਰਾਮੈਨ ਰਕੇਸ਼ ਕੁਮਾਰ, ਸਿਕੰਦਰ ਪਸੀਚਾ, ਫਾਸਟ ਨਿਊਜ਼, ਅੰਮ੍ਰਿਤਸਰ।